9 ਪੋਹ ਨੂੰ ਭਾਈ ਸੰਗਤ ਸਿੰਘ ਦੇ ਸਮੇਤ ਗੜੀ ਦੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਚਮਕੌਰ ਸਾਹਿਬ ਦੇ ਨੇੜੇ ਪਿੰਡ ਰਾਏਪੁਰ ਦੀ ਰਹਿਣ ਵਾਲੀ ਬੀਬੀ ਸ਼ਰਨ ਕੌਰ ਦੇ ਅੰਦਰ ਸਤਿਗੁਰ ਦੀ ਕਿਰਪਾ ਸਦਕਾ ਸ਼ਹੀਦ ਸਿੰਘਾਂ ਦਾ ਸੰਸਕਾਰ ਕਰਨ ਦਾ ਖਿਆਲ ਆਇਆ। ਇਸ ਮਹਾਨ ਸੇਵਾ ਲਈ ਬੀਬੀ ਜੀ ਚਮਕੌਰ ਸਾਹਿਬ ਦੀ ਰਣਭੂਮੀ ਵਿੱਚ ਪਹੁੰਚੀ। ਰਾਤ ਦੇ ਹਨੇਰੇ ਵਿੱਚ ਦੀਵੇ ਦੀ ਲੋ ਨਾਲ ਸਿੰਘਾਂ ਦੇ ਸਰੀਰ ਲੱਭਦੇ ਫਿਰਦੀ ਹੈ। ਬੜੇ ਵੱਡੇ ਵੱਡੇ ਢੇਰਾਂ ਵਿੱਚੋਂ ਮਸਾਂ ਕਿਤੇ ਇੱਕ ਸਰੀਰ ਮਿਲਦਾ, ਉਹ ਚੁੱਕ ਕੇ ਪਾਸੇ ਲੈ ਜਾਂਦੀ, ਫੇਰ ਲੱਭਦੀ। ਇੱਦਾਂ ਹੀ ਬੀਬੀ ਜੀ ਨੇ 12 ਤੋਂ 15 ਸਰੀਰ ਇਕੱਠੇ ਕਰ ਲਏ। ਬੀਬੀ ਜੀ ਇਕੱਲੀ ਸੀ, ਸਰੀਰ ਲੱਭਦੀ ਥੱਕ ਗਈ। ਰਾਤ ਵੀ ਕਾਫੀ ਹੋ ਗਈ ਸੀ, ਕਿਤੇ ਦਿਨ ਚੜ੍ਹ ਗਿਆ, ਸਾਰੇ ਜਾਗ ਪਏ ਤਾਂ ਸੰਸਕਾਰ ਕਰਨਾ ਔਖਾ ਹੋ ਜਾਵੇਗਾ। ਜਿੰਨੇ ਸਰੀਰ ਮਿਲੇ ਇਹਨਾਂ ਦੀ ਪਹਿਲਾਂ ਸੇਵਾ ਕਰ ਲਵਾਂ। ਇੱਧਰੋਂ ਉੱਧਰੋਂ ਕਿਸੇ ਤਰ੍ਹਾਂ ਬਾਲਣ ਇਕੱਠਾ ਕੀਤਾ, ਚਿਖਾ ਬਣਾਈ, ਸਰੀਰ ਉੱਪਰ ਰੱਖੇ, ਲਾਂਬੂ ਲਾਇਆ, ਨੇੜੇ ਖੜ ਸੁਹੇਲਾ ਸਾਹਿਬ ਦਾ ਪਾਠ ਕੀਤਾ। ਜਦੋਂ ਅੱਗ ਮੱਚੀ ਤਾਂ ਪਹਿਰੇਦਾਰ ਬੜੇ ਹੈਰਾਨ ਹੋਏ, ਇਹ ਕੀ ਹੋਇਆ, ਭੱਜ ਕੇ ਆਏ। ਬੀਬੀ ਜੀ ਨੂੰ ਕੋਲ ਖੜੀ ਵੇਖ ਕੇ ਪੁੱਛਿਆ, ਤੂੰ ਕੌਣ ਆ, ਇੱਥੇ ਕੀ ਕਰਦੀ ਆ? ਮੈਂ ਕਲਗੀਧਰ ਦੀ ਸ਼ਰਨ ਕੌਰ ਹਾਂ, ਆਪਣੇ ਸ਼ਹੀਦ ਵੀਰਾਂ ਦਾ ਸੰਸਕਾਰ ਕਰਨ ਆਈ ਹਾਂ। ਸਿਪਾਹੀਆਂ ਨੇ ਸੰਸਕਾਰ ਰੋਕਣ ਦਾ ਯਤਨ ਕੀਤਾ। ਬੀਬੀ ਜੀ ਨੇ ਸ਼੍ਰੀ ਸਾਹਿਬ ਫੜ ਕੇ ਹਮਲਾ ਕਰ ਦਿੱਤਾ, ਕਈ ਸਿਪਾਹੀਆਂ ਨੂੰ ਜ਼ਖਮੀ ਕਰ ਦਿੱਤਾ ਅਤੇ ਆਪ ਵੀ ਜ਼ਖਮੀ ਹੋ ਗਏ। ਜ਼ਾਲਮਾਂ ਨੇ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਜਿਉਂਦੀ ਨੂੰ ਚਿਖਾ ਦੇ ਉੱਪਰ ਸੁੱਟ ਦਿੱਤਾ, ਬਾਅਦ ਵਿੱਚ ਚਿਖਾ ਨੂੰ ਬੁਝਾ ਦਿੱਤਾ। ਸੰਸਕਾਰ ਪੂਰੀ ਤਰ੍ਹਾਂ ਨਹੀਂ ਹੋ ਪਾਇਆ। ਕਰਨੀ ਗੁਰੂ ਦੀ, ਇਹਨਾਂ ਦਿਨਾਂ ਵਿੱਚ ਮਾਲਵੇ ਦੇ ਰਹਿਣ ਵਾਲੇ ਦੋ ਗੁਰੂ ਕੇ ਸਿੱਖ ਭਾਈ ਰਾਮਾ ਅਤੇ ਭਾਈ ਤਲੋਕਾ ਸਰਹੰਦ ਮਾਮਲਾ ਤਾਰਨ ਆਏ ਸੀ। ਉਹਨਾਂ ਨੂੰ ਚਮਕੌਰ ਦੀ ਜੰਗ ਦਾ ਪਤਾ ਲੱਗਾ, ਉਹ ਚਮਕੌਰ ਵੱਲ ਮੁੜੇ। ਇੱਥੇ ਉਹਨਾਂ ਨੂੰ ਬੀਬੀ ਸ਼ਰਨ ਕੌਰ ਦੀ ਸੇਵਾ ਬਾਰੇ ਪਤਾ ਲੱਗਾ। ਉਹਨਾਂ ਅੰਦਰ ਵੀ ਸ਼ਹੀਦਾਂ ਦੇ ਸੰਸਕਾਰ ਕਰਨ ਦੀ ਭਾਵਨਾ ਜਾਗੀ। ਨੀਤੀ ਨੂੰ ਵਿਚਾਰਦਿਆਂ ਉਹ ਸਾਰਾ ਦਿਨ ਕਮਲੇ ਬਣ ਕੇ ਫਿਰਦੇ ਰਹੇ ਅਤੇ ਵਾਲ ਖਿਲਾਰ ਕੇ ਗਲੀਆਂ ਵਿੱਚ ਗੇੜੇ ਕੱਢਦੇ ਫਿਰਦੇ ਰਹੇ ਅਤੇ ਆਸੇ ਪਾਸੇ ਨਿਗਾਹ ਵੀ ਰੱਖਦੇ ਰਹੇ। ਰਾਤ ਹੋਈ, ਦੀਵੇ ਦੀ ਲੋ ਨਾਲ ਉਹ ਬੀਬੀ ਜੀ ਵਾਂਗ ਸਰੀਰ ਲੱਭਣ ਲੱਗ ਪਏ। ਥੋੜ੍ਹੇ ਸਮੇਂ ਬਾਅਦ ਉਹਨਾਂ ਨੂੰ ਇੱਕ ਅੱਧ ਮੱਚਾ ਸਰੀਰ ਮਿਲਿਆ ਜੋ ਕਿ ਬੀਬੀ ਸ਼ਰਨ ਕੌਰ ਦਾ ਸੀ। ਬੀਬੀ ਸ਼ਰਨ ਕੌਰ ਦੀ ਕੁਰਬਾਨੀ ਵੇਖ ਉਹਨਾਂ ਦੋਹਾਂ ਨੂੰ ਸੇਵਾ ਦਾ ਹੋਰ ਚਾਅ ਚੜ੍ਹਿਆ। ਹੌਲੇ ਹੌਲੇ ਸਰੀਰਾਂ ਦੀ ਭਾਲ ਕੀਤੀ, ਹੱਥ 'ਚ ਕੜਾ, ਸਿਰ 'ਤੇ ਕੇਸ ਵੇਖ ਪਹਿਚਾਣ ਲੈਂਦੇ। ਲੱਭਦਿਆਂ ਲੱਭਦਿਆਂ ਦੋਹਾਂ ਸਾਹਿਬਜ਼ਾਦਿਆਂ ਦੇ ਸਰੀਰ ਵੀ ਮਿਲ ਗਏ। ਬੜੀ ਵੱਡੀ ਗੱਲ ਸੀ, ਇਹਨਾਂ ਆਪਣੇ ਵੱਲੋਂ ਪੂਰੀ ਤਸੱਲੀ ਕਰ ਲਈ, ਕੋਈ ਸਰੀਰ ਰਹਿ ਨਾ ਜਾਵੇ। ਸੂਹ ਮਿਲੀ ਸੀ ਕਿ 40 ਸਿੰਘ ਸ਼ਹੀਦ ਹੋਏ ਆ। ਬਾਲਣ ਜੋ ਦਿਨ ਵੇਲੇ ਧਿਆਨ ਵਿੱਚ ਰੱਖਿਆ ਸੀ, ਲਿਆਂਦਾ, ਚਿਖਾ ਬਣਾ ਕੇ ਸਾਰੇ ਸਰੀਰ ਉੱਪਰ ਰੱਖੇ, ਬੀਬੀ ਜੀ ਦਾ ਸਰੀਰ ਵੀ ਰੱਖਿਆ। ਅਰਦਾਸ ਕੀਤੀ, ਸੱਚੇ ਪਾਤਸ਼ਾਹ ਆਪਣੇ ਸ਼ਹੀਦ ਸਿੰਘਾਂ ਦਾ ਸੰਸਕਾਰ ਦੀ ਸੇਵਾ ਆਪ ਹੀ ਕਿਰਪਾ ਕਰਕੇ ਕਰਵਾ ਲਿਓ, ਕੋਈ ਵਿਘਨ ਨਾ ਪਵੇ। ਚਿਖਾ ਨੂੰ ਅੱਗ ਲਾਈ, ਕੱਲ੍ਹ ਵਾਂਗ ਅੱਜ ਵੀ ਸਿਪਾਹੀ ਭੱਜ ਕੇ ਆਏ। ਰਾਮਾ ਅਤੇ ਤਿਲੋਕਾ ਜੀ ਅੱਗੇ ਹੋ ਕਮਲਿਆਂ ਵਾਂਗ ਚੀਕਾਂ ਮਾਰਨ ਲੱਗ ਪਏ, ਰੇਤ ਮਿੱਟ ਚੁੱਕ ਚੁੱਕ ਕੇ ਖਿਲਾਰਨ ਲੱਗ ਪਏ। ਗੁਰੂ ਕਿਰਪਾ ਸਦਕਾ ਇਹਨਾਂ ਨੂੰ ਪਾਗਲ ਸਮਝ ਰੌਲਾ ਸੁਣ ਸਿਪਾਹੀ ਪਿੱਛੇ ਮੁੜ ਗਏ, ਚਿਖਾ ਵੱਲ ਧਿਆਨ ਨਾ ਦਿੱਤਾ। ਉਹਨਾਂ ਦੇ ਜਾਣ ਤੋਂ ਬਾਅਦ ਦੋਨਾਂ ਨੇ ਸ਼ੁਕਰ ਮਨਾਇਆ, ਗੁਰਬਾਣੀ ਪੜ੍ਹੀ, ਧਿਆਨ ਨਾਲ ਸੰਸਕਾਰ ਕੀਤਾ। 2 ਦਿਨ ਉੱਥੇ ਰਹੇ। ਜਦੋਂ ਸਿਵਾ ਠੰਡਾ ਹੋਇਆ, ਸਾਰੀਆਂ ਅਸਥੀਆਂ ਭਾਂਡਿਆਂ 'ਚ ਪਾ ਦੱਬ ਦਿੱਤੀਆਂ। ਜਦੋਂ ਕਲਗੀਧਰ ਪਿਤਾ ਦਮਦਮਾ ਸਾਹਿਬ ਪਹੁੰਚੇ, ਇਹਨਾਂ ਨੂੰ ਪਤਾ ਲੱਗਾ ਤਾਂ ਇਹ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ। ਚਮਕੌਰ ਸਾਹਿਬ ਸੰਸਕਾਰ ਦੀ ਸੇਵਾ ਦਾ ਸਾਰਾ ਹਾਲ ਦੱਸਿਆ। ਸੁਣ ਕੇ ਸੰਗਤਾਂ ਦੀਆਂ ਅੱਖਾਂ ਭਰ ਆਈਆਂ। ਕਲਗੀਧਰ ਪਿਤਾ ਨੇ ਅਸੀਸਾਂ ਦਿੱਤੀਆਂ। ਸਮਾਂ ਬੀਤਿਆ। ਸਿੰਘਪੁਰੀਆਂ ਮਿਸਲ ਦੇ ਸਿੱਖ ਸਰਦਾਰ ਹਰਦਿਆਲ ਸਿੰਘ ਨੇ ਬੜੀ ਮਿਹਨਤ ਨਾਲ 1833 ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹ ਅਸਥੀਆਂ ਵਾਲੇ ਮਟਕੇ ਲੱਭੇ ਅਤੇ ਇੱਥੇ ਅਸਥਾਨ ਬਣਾਇਆ, ਗੁਰਦੁਆਰਾ ਕਤਲਗੜ੍ਹ ਸਾਹਿਬ। ਹੁਣ ਜਿੱਥੇ ਥੜਾ ਸਾਹਿਬ ਮੌਜੂਦ ਹੈ, ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਨਾਂ ਸ਼ੇਰੇ ਪੰਜਾਬ ਨੇ 30 ਵਿਘੇ ਜ਼ਮੀਨ ਵੀ ਲਾਈ ਸੀ। ਸਥਾਨ ਦੀ ਸੇਵਾ ਕਰਦਿਆਂ ਕੁਝ ਸ਼ਸਤਰ ਵੀ ਮਿਲੇ ਸੀ ਜੋ ਕਤਲਗੜ੍ਹ ਸਾਹਿਬ ਵਿੱਚ ਅੱਜ ਵੀ ਸੰਭਾਲ ਕੇ ਰੱਖੇ ਹੋਏ ਹਨ। ਇੱਦਾਂ ਹੀ ਸ਼ਹੀਦ ਸਿੰਘਾਂ ਦਾ ਸੰਸਕਾਰ ਹੋਇਆ। ਬੀਬੀ ਸ਼ਰਨ ਕੌਰ ਦੀ ਸ਼ਹਾਦਤ ਨੂੰ, ਭਾਈ ਰਾਮੇ ਅਤੇ ਭਾਈ ਤਲੋਕੇ ਦੀ ਮਹਾਨ ਸੇਵਾ ਨੂੰ ਕੋਟਾਨ ਕੋਟ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।